सोकीवे ईद मनैसन लाके दीदार रहा कुफे दो बैठिया साए साए नीर वहे जड़े रोंदे पयो थोड़े आंसुओं को देख के अगला बंद पढ़ देना जदा अब्बास दे भणेंजे जिंदान चैन शहजादा को पता लगाए जो मशकूर दरोगा मोमिने ऊं वेले मशकूर दे पास देख क्या दे बैठे न खात लिखा मशकूर सदे मामे जड़े रोंदे पयो भाई सफदर खात बजुर्ग लिखे उंदी तहरीर होर होंदी है खात जवान लिखे उंदी तहरीर होर होंदी है किबला साहब खात बच्चा लिखे उंदी तहरीर होर होंदी है जेड़ी रोवण दी नियत नाल आयो जेड़ा वतन ते बह के लिखे उंदी तहरीर होर होंदी है जेड़ा परदेस च बह के लिखे उंदी तहरीर होर होंदी है ए वतन नहीं परदेस है सिर्फ परदेस नहीं जिंदान है ए जवान नहीं छोटे छोटे बच्चे ला मशकूर दे पास दे क्या दे बैठे ला खात लिखा मशकूर सदे मामे दो ते अते लिख भी मुबारक बादी असा सुनिया है दीं डावी दे है चानी अकबर दी शादी ओ लेखा पुत्र वकील दे आदेनी हाय हो भी पारत सा ओ ना जानियाने वेच को वेदे तेरे नाल है जाई मरहबा 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 ए मेरी जाकरी नहीं थोड़े दिल दा दर्द है जड़े रोंदे पयो मैं लख वार याद रहा खात लेखा मशकूर साडे मामे ते अते लिखा वे मुबारक बादी असा सुनिया है दीं डावी दे है चानी अकबर दी शादी ओ लेखा पुत्र वकी ओ ना जानियाने वेच को वेदे तेरे नाल है जाई जहरा जिले रोंदे पयो बस इंतजार न करावा ए ओ शहजादन जिन्हां दा मां दा सहारा मक्के च मुक गया बाबे दा सहारा कूफे च मुक गया बाबे दी शहादत दे बाद दोहे शहजादे में कूफे दियां गलियां च दौड़दे वेंदे हैं कहीं वजनी शाय नाल अड़न ते झण पैन मेरा घर है मेरा वतन है तुहाडा हक बणदा हा मेरे ते सवाल करो हा वजनी कोई पत्थर आई ए मिंबर हुसैन है कबर हुसैन है पत्थर नहीं बाबे दी लाश आई कपे गाली चो आवाज आए तुर वंजो मता कहें दुश्मन दे हथ आ वंजो सदके सदके कर तैयारी गरीबन दी गुरबत दोहे शहजादे दौड़दे दौड़दे कूफे दे बारू आएन छोटा शहजादा वड्डे भरा दे पासे देख के आदे मेडे हिन पेर जख्मी तू वतन ते वल वंज भेणा दे नाल वंज के ईद मनावे भाई जान जमाने दा दस्तूर है भाई सफदर ऐसे ऐसे चेहरे जेडे असां पूरे साल नहीं दिठे
ਅਤੇ ਇਹਨਾਂ ਡੀਹਾਂ 'ਚੋਂ ਨਜ਼ਰ ਆਏ, ਉਹਨਾਂ 'ਤੇ ਸਵਾਲ ਕਰੋ ਬਈ ਇਤਨਾ ਅਰਸਾ ਤੁਸੀਂ ਨਜ਼ਰ ਕਿਉਂ ਨਹੀਂ ਵਿਆਇਓ? ਇੱਕੋ ਜਵਾਬ ਦੇ ਸਨ ਜੋ ਮਜ਼ਦੂਰੀ ਦੇ ਸਿਲਸਿਲੇ ਨਾਲ ਬਹਿਰਾ ਸੇ। ਮਤ ਪਿਓ ਮਾਂ ਜਦੋਂ ਗੱਲ ਕਰੇ ਟੈਲੀਫੋਨ ਇੱਕ ਦੌਰ ਏ, ਪਿਓ ਮਾਂ ਤੋਂ ਪੈਸੇ ਭੇਜੇ ਸਨ, ਅਤੇ ਜਿੱਦਾਂ ਈਦ ਕਰੀਬ ਆ ਵਣੇ ਨਾ, ਅਤੇ ਵਤ ਮਾਂ ਨਾਲ ਗੱਲ ਹੋਵੇ, ਆਖਿਆ ਅੰਮਾ ਮੇਰੀ ਮਜਬੂਰੀ ਏ, ਮੈਂ ਵਤਨ 'ਤੇ ਨਹੀਂ ਆ ਸਕਦਾ। ਮਾਂ ਹੌਲੇ ਹੌਲੇ ਰੋ ਕੇ ਆਦੀਏ, ਬੱਚੜਾ ਮੇਰੀ ਤਾਂ ਔਖੇ ਸੌਖੇ ਨਿਭਵੇ ਸੀ, ਤੇਰੀਆਂ ਭੈਣਾਂ ਦੀ ਨਹੀਂ ਨਿਭਦੀ। ਸਦਕੇ ਸਦਕੇ ਕਰ ਤਿਆਰੀ। ਰੋ ਕੇ ਆਦਾ, ਤੂੰ ਵਤਨ 'ਤੇ ਵੱਲ ਵੰਜ, ਤੂੰ ਭੈਣਾਂ ਦੇ ਨਾਲ ਵੰਜ ਕੇ ਈਦ ਮਨਾਵੇਂ। ਜਿਹੜੇ ਰੋਂਦੇ ਪਿਓ, ਮੈਂ ਝੋਲੀ ਚਾਹ ਕੇ ਦੁਆ ਮੰਗਦਾ, ਹਰ ਬੰਦਾ ਅਮੀਨ ਆਖੇ, ਅੱਲਾ ਤੁਹਾਡੇ ਭੈਰਾਵਾਂ ਦੇ ਮਾਣ ਸਲਾਮਤ ਰੱਖੇ। ਜਿਤਨਾ ਔਖਾ ਟਾਈਮ ਹੋਵੇ ਨਾ, ਹਰ ਬੰਦਾ ਛੋੜ ਵੈਂਦੇ, ਭੇਰਾ ਨਹੀਂ ਛੁੜੇਂਦੇ। ਇਹ ਪ੍ਰਦੇਸ ਦਾ ਮਾਮਲਾ ਹੈ, ਜਲਦੀ ਦੇ ਨਾਲ ਭੇਰਾ ਦੇ ਕੋਲ ਆਏ, ਮੈਂ ਗੱਲ 'ਚ ਬਹੀ ਪਾ ਕੇ ਆਦੇ, ਤੇ ਕੋ ਕਿਵੇਂ ਛੋੜਾਂ, ਮੈਂ ਕੁਝ ਅੰਬੜੀ ਤੇਰੀਆਂ ਪਾਰਤਾਂ ਦਿੱਤੀਆਂ ਹਨ। ਦੋਵੇਂ ਭੇਰਾਵਾਂ ਨੇ ਇੱਕ ਬਹਿ ਦੇ ਮੂੰਹ 'ਤੇ ਮੂੰਹ ਰੱਖਾ, ਅਤੇ ਨਿੰਦ ਆ ਗਈ। ਫੌਜਾਂ ਗੁਲੇਂਦੀਆਂ ਗੁਲੇਂਦੀਆਂ ਸ਼ਹਿਜ਼ਾਦਾਂ ਦੇ ਕੋਲ ਆਈਆਂ, ਕੋਈ ਜ਼ਾਲੇ ਮਾਦੇ ਮੈਂ ਝਿਣਕ ਦੇਵਾਂ ਇਹਨਾਂ ਕੋ ਵਤਨ ਯਾਦ ਆ ਵਣੇ, ਕੋਈ ਜ਼ਾਲੇ ਮਾਦੇ ਝਿਣਕ ਦੇਵਾਂ ਇਹਨਾਂ ਕੋ ਮਾਂ ਯਾਦ ਆ ਵਣੇ। ਵੱਡੇ ਸ਼ਹਿਜ਼ਾਦੇ ਦੀ ਅੱਖ ਖੁੱਲੀਏ, ਡਿੱਠੇ ਤਾਂ ਪਿਓ ਦੇ ਕਾਤਲਾਂ 'ਤੇ ਦੀਦ ਪਈਏ, ਈ ਛੋਟੇ ਭੇਰਾ ਕੋ ਜਗਾਇਆ। ਜਿਤਨੇ ਛੋਟੀ ਔਲਾਦ ਵਾਲੇ ਬੈਠੇ ਹੋ ਜਾਂ ਪਰਦੇ 'ਚ ਮੇਰੀਆਂ ਪਰਦਾਦਾਰ ਮਾਵਾਂ ਅਤੇ ਭੈਣਾਂ ਮੇਰੇ ਹੱਕ ਦੁਆ ਫਰਮਾਏ ਸਨ, ਭਾਈ ਜਾਨ ਜਿੱਦਾਂ ਛੋਟੇ ਬੱਚੇ ਕੋ ਨਿੰਦਰੋਂ ਬੇਦਾਰ ਕਰੋ ਨਾ, ਸਭ ਤੋਂ ਪਹਿਲੇ ਹੱਥ ਵਧਾ ਕੇ ਆਦੇ, ਅੰਮਾ ਮੇਕੋ ਪਾਣੀ ਦੇ। ਜਿੱਦਾਂ ਹੀ ਛੋਟੇ ਸ਼ਹਿਜ਼ਾਦੇ ਨੂੰ ਜਗਾਏ ਨਾ, ਇਵੇਂ ਅੱਖਾਂ ਖੁੱਲੀਆਂ, ਹੱਥ ਵਧਾ ਕੇ ਆਦੇ, ਅੰਮਾ ਪਾਣੀ। ਭੇਰਾ ਚਿਹਰੇ 'ਤੇ ਬੋਸਾ ਦੇ ਕੇ ਆਦੇ, ਕਿੱਥ ਰਹਿ ਗਈ ਹੈ ਉਜੜੀ ਅੰਬੜੀ, ਦੇਖ ਤਾਂ ਸਹੀ ਬਾਬੇ ਦੇ ਕਾਤਲ ਆ ਗਏ। ਜਿਹੜੇ ਰੋਂਦੇ ਪਏ, ਬਸ ਇੰਤਜ਼ਾਰ ਮੁਕਾਂਦਾ ਪਿਆਂ, ਦੋਹਾਂ ਸ਼ਹਿਜ਼ਾਦਾਂ ਕੋ ਨਾਲ ਲਾ ਕੇ ਇਹ ਜ਼ਾਲਿਮ ਕੂਫੇ ਦੇ ਸ਼ਹਿਰ 'ਚ ਆਏ। ਇਹ ਜ਼ਾਲਿਮ ਆਪ ਘੋੜਾਂ ਦੀਆਂ ਜ਼ੀਨਾਂ 'ਤੇ ਹੈ, ਅੱਬਾਸ ਦੇ ਬਣੇ ਜੇ ਨਾ ਜ਼ੀਨ 'ਤੇ ਹੈ ਨਾ ਜ਼ਮੀਨ 'ਤੇ ਹੈ। ਇਹਨਾਂ ਮਨਾਦੀ ਕਰਾਈਏ ਜੋ ਬਾਗੀ ਪਕੜੇ ਗਏ। ਜਿਹੜੇ ਰੋਂਦੇ ਪਏ, ਬਜ਼ੁਰਗ ਜਵਾਨ ਜਾਣਦੇ ਨੇ ਗੱਲ, ਬੱਚਿਆਂ ਦੇ ਹਵਾਲੇ ਹੋ ਵਣੇ। ਛੋਟੇ ਸ਼ਹਿਜ਼ਾਦੇ ਦਾ ਨਾਂ ਇਬਰਾਹੀਮ ਹੈ, ਵੱਡੇ ਸ਼ਹਿਜ਼ਾਦੇ ਦਾ ਨਾਂ ਮੁਹੰਮਦ ਹੈ। ਇੱਕ ਔਰਤ ਕੂਫੇ ਦੀ ਵਸਦੀ ਹੈ, ਰਿਵਾਇਤ ਮੈਂ ਸਮਝਾ ਗਈ ਦੀ, ਤੁਹਾਡੀ ਅੱਖ ਜਾਣੇ ਅਤੇ ਲਾਹੌਰ ਵਾਲੀ ਮਲਕ ਹੁਸੈਨ ਜਾਣੇ, ਜਿਹੜੇ ਰੋਵਣ ਦੀ ਨੀਅਤ ਨਾਲ ਆਇਓ, ਅੱਲਾ ਗਵਾਹ ਹੈ। ਜਿੱਦਾਂ ਇਹ ਜਲਦੀ ਦੇ ਨਾਲ ਗਲੀ ਦੇ ਵਿੱਚ ਆਈਏ ਨਾ, ਇਹ ਆਦੀ ਮੈਂ ਮੰਜ਼ਰ ਡਿੱਠਾ ਹੈ, ਦੋ ਸ਼ਹਿਜ਼ਾਦੇ ਨੇ, ਇਹਨਾਂ ਦੇ ਹੱਥਾਂ ਵਿੱਚ ਹੀ ਰੱਸੀਆਂ, ਗਲ ਵਿੱਚ ਹੀ ਰੱਸੀਆਂ, ਕਹਿਣ ਲਈ ਕੋਈ ਜ਼ੁਲਮ ਕਰੇਂਦਾ ਹੈ, ਕਹਿਣ ਲਈ ਕੋਈ ਜ਼ੁਲਮ ਕਰੇਂਦਾ ਹੈ। ਆਦੀ ਮੇਰੇ ਪੁੱਤਰ ਦਾ ਨਾਂ ਇਬਰਾਹੀਮ ਹੈ, ਮੈਂ ਡਿੱਠਾ ਹੈ, ਮੈਂ ਕੋ ਆਪਣਾ ਪੁੱਤਰ ਨਜ਼ਰ ਨਹੀਂ ਆਇਆ। ਆਦੀ ਮੈਂ ਪੁੱਤਰ ਦੇ ਨਾਂ ਦੀ ਹੱਕਲ ਮਾਰੀ ਹੈ, ਮੈਂ ਆਖਿਆ ਇਬਰਾਹੀਮ, ਆਦੀ ਮੇਰੇ ਪੁੱਤਰ ਕੋਈ ਜਵਾਬ ਨਹੀਂ ਦਿੱਤਾ। ਆਦੀ ਮੈਂ ਦੂਜੀ ਹੱਕਲ ਮਾਰੀਏ, ਮੇਰੇ ਪੁੱਤਰ ਕੋਈ ਜਵਾਬ ਨਹੀਂ ਦਿੱਤਾ। ਆਦੀ ਮਰ ਗਈ ਹਾਂ ਹਾਂ, ਅਤੇ ਮੈਂ ਤ੍ਰੀਜੀ ਹੱਕਲ ਨਾ ਮਾਰੀ ਹੋਇਆ, ਜਦੋਂ ਮੈਂ ਆਖਿਆ ਇਬਰਾਹੀਮ, ਉਹ ਮੇਰੇ ਰੱਸੀ ਚੋਂ ਗਰਦਨ ਫੇਰ ਕੇ ਆਦਾ, ਜੀਓ ਮੇਰੀ ਉਜੜੀ ਅਮੜੀ। ਸਦਕੇ 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 ਕਰਾ ਤਿਆਰੀ, ਗਰੀਬਾਂ ਦੀ ਗੁਰਬਤ ਆਈ। ਮੈਂ ਤਾਂ ਇਵੇਂ ਆਧਾਰਾ ਨਾ ਨਾ ਕਰੇ ਹਾ ਮਸ਼ਕੂਰ ਆਜ਼ਾਦ, ਨਾ ਹੋਵੇਂ ਨਾ ਹਾਰਿਸ ਦੇ ਮਹਿਮਾਨ। ਮੈਂ ਪੂਰਾ ਮਜ਼ਮੂਨ ਛੋੜ ਦਿੱਤਾ ਹੈ, ਮੁਹਰਮ ਵਿੱਚ ਕਮ ਅਸ ਕਮ 50-55 ਮਿੰਟ ਦਾ ਸਿਰਫ ਮਸਾਇਬ ਹੁੰਦਾ ਹੈ, ਬਸ ਮੈਂ ਦੋ ਜੁਮਲੇ ਉਹਦੇ ਬਾਅਦ ਵਹਿਣ ਪਿਆ ਕਰੇ ਨਾ। ਮੈਂ ਆਖਿਆ ਨਾ ਕਰੇ ਹਾ ਮਸ਼ਕੂਰ ਆਜ਼ਾਦ, ਨਾ ਹੋਵੇਂ ਨਾ ਹਾਰਿਸ ਦੇ ਮਹਿਮਾਨ। ਅੱਲਾ ਦੀ ਤਕਦੀਰ ਸ਼ਹਿਜ਼ਾਦਾਂ ਕੋ ਹਾਰਿਸ ਦੇ ਘਰ 'ਚ ਲੈ ਆਈਏ, ਹਾਰਿਸ ਦੀ ਬੀਵੀ ਹੈ ਮੋਮਨਾ। ਜਿੱਦਾਂ ਪਤਾ ਲੱਗਾ ਸੀ ਉਹ ਅੱਬਾਸ ਦੇ ਭਣੇ ਜਨ, ਇਹ ਜਲਦੀ ਦੇ ਨਾਲ ਲਾਈਏ, ਇਵੇਂ ਸ਼ਹਿਜ਼ਾਦਾ ਕੁਹਾਨ ਦੇ ਨਾਲ ਲਾਇਆ ਸੀ। ਵਤੀ ਖਾਣਾ ਤਿਆਰ ਕਰਾਏ, ਜਿਤਨੇ ਛੋਟੀ ਔਲਾਦ ਵਾਲੇ ਬੈਠੇ ਹੋ, ਵਾਜਬਨ ਹਾਏ ਕਰ ਛੁੜਾਏ। ਛੋਟੇ ਸ਼ਹਿਜ਼ਾਦੇ ਨੂੰ ਸੱਜੇ ਜ਼ਾਨੂ ਅਤੇ ਵੱਡੇ ਸ਼ਹਿਜ਼ਾਦੇ ਨੂੰ ਖੱਬੇ ਜ਼ਾਨੂ ਤੋਂ, ਇਵੇਂ ਪਹਿਲਾਂ ਨਵਾਲਾ ਤੋੜਾਏ ਅਤੇ ਇਵੇਂ ਸ਼ਹਿਜ਼ਾਦੇ ਤੋਂ ਵਧਾਇਆ। ਸ਼ਹਿਜ਼ਾਦੇ ਦੀਆਂ ਅੱਖਾਂ ਨਹੀਂ ਸਾਵਣ ਦੇ ਬਦਲੇ ਰੋ ਗਿਆ ਦੀ, ਸ਼ਹਿਜ਼ਾਦਾ ਖਾਣਾ ਕਿਉਂ ਨਾ ਖਾਂਦਾ? ਅਤੇ ਮੁੱਦਤ ਦੇ ਬਾਅਦ ਮਾਂ ਦੀ ਯਾਦ ਰਿਵਾਈ ਆਈ, ਸਗੋਂ ਅੰਬੜੀ ਇਵੇਂ ਖਾਣੇ ਖਵੈਂਦੀ ਆਈ ਜਿਵੇਂ ਅੱਜ ਤੂੰ ਪਈ ਖਵੈਂਦੀ ਆ। ਹੁਣ ਵੱਡਾ ਸ਼ਹਿਜ਼ਾਦਾ ਸਾਹਮਣੇ ਆਏ, ਅਤੇ ਮਿੰਨਤ ਲਾ, ਦੋ ਬਿਸਤਰ ਨਹੀਂ ਇੱਕ ਬਿਸਤਰ ਬਣਾ। ਜਦੋਂ ਇੱਕ ਬਿਸਤਰ ਬਣਾਵਣ ਦਾ ਨਾਮ ਹੈ ਨਾ, ਅੱਜ ਕਿਉਂ ਸ਼ਹਿਜ਼ਾਦਾ? ਅੱਜ ਤੇ ਕੋ ਕਿਆ ਦੱਸਾਵਾਂ, ਮੇਰਾ ਛੋਟਾ ਭੇਰਾ ਮਾਂ ਨਾਲ ਸਮਦਾ ਹਾ, ਜਦੋਂ ਦਾ ਮਾਂ ਕੋਲ ਨਿਖੜਾ ਬਾਬੇ ਨਾਲ ਸਮਦਾ ਹਾ, ਜਿੱਦਾਂ ਦਾ ਬਾਬਾ ਮਾਰਾ ਹੈ, ਇੱਕ ਸਮੈਂਦੇ ਹੀ ਮੈਂ ਹਾਂ, ਜਗੈਂਦੇ ਹੀ ਮੈਂ ਹਾਂ, ਮੇਰਾ ਭੇਰਾ ਰਾਤ ਕੁਦਰਦਾ ਹੈ। ਦੋਵੇਂ ਭੇਰਾਵਾਂ ਨੇ ਮੂੰਹ 'ਤੇ ਮੂੰਹ ਰੱਖਾ, ਨਿੰਦ ਆ ਗਈ।
ہر اس ملاؤن گھر رچائے بے شمار دی لانت اندی بیوی کو کھانا دیتا ہے اے ظالم دے میں کھانا نہیں کھانا میں مسلم دی جوڑی نو مرنا ہے جڑے رومن دی نیت نہ لائے ہو اللہ گواہ ان حالت کے لیے اے ظالم آپ کے بستر تے لیٹا ہے کہیں لے سجے کروٹ کہیں لے کھبے کروٹ شہزادہ نو بابا نندر چ ملا ہے بابا بابا کر کے رنن اے ظالم دے کنا تے آواز آئی ہے بیوی دے کول آئے ادے میں کو دساؤ اے بچے کہیں دین اے ادی کہیں ہمسائے دے بال حسین ادے ہمسائے دے بال ہوئے نا ماں تسلیح دے وے ہا اے کوئی بیوار اس بال ہیں اے چابی منگی ہے مومنہ میں انکار کیتا ہے اے ظالم پتھر چاہے دروازے تے آئے جتنے کڑیل جوان بیٹھے ہو جملہ سمجھ چا گیا ہر بندے دی بیواسا ہے نکل ویسی میرے تو ہارے تے سوال ہے اپنا گھر ہوئے اندھارا کمرہ ہوئے گھر اچ بھی کوئی موجود نہ ہوئے دروازے تے کوئی آ کے وزنی شائے مارے بھاویں جو جوان ہو تھوڑا دل ڈر ویسی اے جوان نہیں عباس دے بھنے جے نادان نہ اپنا گھر نہیں قاتل دا گھر رے اے ظالم دروازے تے آئے ای پتھر مارے میں تئیں یاد رانا پتھر تالے تے نہیں ماں دے جگر تے لگائے لاہور علی ملکہ مٹی تے جھنیا دے غازی وی رمدا میں کوئی لگدا ہے مجھے بچڑا تے اوکھا ٹائم میں میرا گھر ہے میرا وطن ہے جے میں اشارہ سمجھا گجا ہر بندے دی بیواس ہے نکل ویسی جتنے کڑیل جوان بیٹھے ہو بھائی جان جدا جناب مسلم شہزادہ نو چاوین ہا اس انداز نال چنے آئے جدا ظالم چاہے ظالم اس انداز نال چاہے پہلی پوڑی دو جی تری جی جدا چوتھی دے آئے ظالم ہاتھ جوڑے لاہور علی ملکہ دی جوڑی منہ دے بار مٹی دے آئیے وڈا شہزادہ تلیاں ٹیک کے اڈائے جوڑے دے دوئے آدم دے دے آئے رو کے آدھے کپڑا بچ گیا دلے میری پیشانی پھٹ گئی آواز دے آج امڑی ہوئے مرحبا مرحبا کرا تیاری غریباں دی غربت اللہ گواہ مومنا مائی جلدی دے نال سامنے آئی آدیا نہ مار ظالم آدھے تو کیوں مرنا جانی آدیا میں کو بی بی بطول دے مو شرمندہ نکار نتا بی بی آگے میری دھی دے بچڑے مری دے رائے نتوں دے دھی رہیے جتنے چھوٹی اولاد والے بیٹھے ہو بھائی جان جدا کدی چھوٹے بچے نو مارو چھوٹے بچے دی فطرت اسے دا سہارا گھندا ہے جڑا چھڑاوان لاوے مومنا مائی آدھے میں سجے دٹھائے کھبے دٹھائے میں کوئی شہزادے نظر نہیں آئے آدھے تھوڑی دیر دے بعد میں دٹھائے نکے نکے ہاتھ بدی کھڑے رو کے آدھے ساری امڑی بھی توں ہے سارا سہارا بھی توں ہے مرحبا مرحبا علی دی دھیاں راضی ہوئے جڑے روندے پیو آدھے ساری امڑی بھی توں ہے سارا سہارا بھی توں ہے آواز آدھے جیتے مرے چمن دی جھا جڑے روندے پیو بھائی جان دو روایت ہیں پہلی روایت ظالم ضرب ماریے مومن مائی شہید ہو گئی دوجی روایت بازو قلم ہو گئے اے شہزادہ کنا لاؤ کے دریا دے کنارے آئے آدھے چولے لاؤ بھائی جان کل عید آئی یہ جملہ میں پڑھتا ضرور ہاں لیکن سمجھا کے پڑھنا چاہنا کل عید آئی اتھا امیر ہی بیٹھے نا غریب ہی بیٹھے نا بھاویں مخلص غریب ہوئے ادھار منگنا پوئے اپنی اولاد واسطے نویں لباس گھنا دایا عید ہے تو وڈی غربت میں کیڑی دساں چولے ہوئے آئے جڑے ماں پوائے
اللہ گواہ چولے ہوئے ہیں جنا دیا بھیڑا تنیا. مرحبا مرحبا حوصلے نال علی دیاں دھیاں راضی ہوئے لا. میں دے دکھنا ہر رکھ پرنم ہو گئی میں راضی ہاں لاہور علی ملکہ دوارے تے راضی رہے. اللہ گواہ شہزادہ کنا اللہ کے دریا دے کنارے آئے آدھے چولے لاہو بڑے نے ارادہ کیتا ہے چھوٹا دے دو منٹ انتظار میں کوئی ظالم دے نال گل کرنی ہے اور جتنے چھوٹی اولاد آلے بیٹھے ہو میں اوکھی منزل تے آ گیا. اللہ گواہ سامنے آ کھڑے آدھے میں کول سا آج کیڑی دیہاڑے ظالم آدھے عید دی دیہاڑ آدھے اساں بھی دے دے آیا ہے تم بھی دے دایا کوئی بھیرا بھیڑا تو عید کی دیوینے آئے کوئی بھیڑا بھیرا وہاں دے راہ کھڑیا دے دیا ہے رو کیا دے منت لاؤں سا خواج دلازہ نمار آواز آنجے نمار سادیا بھیڑا کوئی عید منا وڑ دے آواز آنجے آج دلازہ نمار سادیا بھیڑا دی تہاں گم گھائے. آباد رہے حوصلے نال علی دیاں دھیاں راضی ہوئے اللہ گواہ بڑے نے چولا لہایا ہے چھوٹا کھلیندا تے ہاتھ کم ویندا وڈا دے روندا توں بچدا نہ چھوٹا شہزادہ دے موت دے ڈر تو نہ روندا وڈا شہزادہ دے وت روندا کیوں ہے پھرا دے گل چ وہی پائیں رو رو کے آدھا ہے آ یاد گیا ماں او جڈا ٹر دے پیار کریں دی رہیے نا سہاں جو سکھ دیجی. انج نہیں بھائی انج نہیں یہ تیرا معیار نہیں. میں پڑھا لاہور علی ملکہ دی جوڑی دی غربت تو ہے نہ کرے ہو نہیں سکدا. بھائی جان میں تے ایویں پڑھدا جو قائم دی کچہری چ کھڑا میں اپنی قبر سامنے رکھ کے پڑھدا تو ہے نہ کرے تیرے مقدر دی گل جڑے روندے پیو. اللہ گواہ تو کوفے دی حالت بھیڑا دی کیڑی حالت ماں دی کیڑی حالت مولا حسین لکھیں دے بیٹھن میری سین دے دی بیٹھی ہے این ظالم نے اجر رسالت دیتا ہے لاہور علی ملکہ رو گیا دی مولا میری آواز ظالم تک پہنچا میرا امام آدھے تو گل کر اے ظالم سن سی رنیے میری سین تے رو کیا دی نا ظالم آئی جا مار ہائے حوصلے نال نوکراں نوکراں علی دیاں دھیاں راضیوں میں اچھا میری نوکری رو گیا دے نا ظالم جا مار ہائے میں صدقے تھیوا اوئی تھا ماوا کریں دین پیار ہائے میں صدقے تھیوا اچھا میری نوکری جڑے روندے پیو. اللہ گواہ لاہور علی ملکہ رونے را آلیہ سین قریب آئیے آدھیے بی بی کیا ڈٹھائی اومیلے لاہور علی ملکہ مٹی دے جھن پیلا تے رو گیا دینا ظالم دے ہن ظلم نرالے او ہاتھ ودے بن دینا او میڈے چوٹیاں والے روخا اچھا اچھا نوکری نوکری جڑے روندے پہ اچھا میری نوکری رو گیا دے ظالم دے ہن ظلم نرالے او ہاتھ ودے بن دینا او میڈے چوٹیاں والے رخا سارن لالو ہے. اچھا میں تھائی دعا منگدا پیا ہے لیکن تھوڑے گریے کو دیکھ کے آخری وینڈ کر رہے نا جتنے روند پائے ہو ہن جھولیاں پھیلائے بھائی منگن دا ویلا ہے ساری دیہاڑ دی جو محنت ہے جڑے روند پائے ہو. اللہ گواہ ظالم تلوار کڈھیے اون ویلے چھوٹا شہزادہ دہداری ہے
ਕਿਬਲਾ ਸਾਹਿਬ ਮੈਂ ਤੈਨੂੰ ਆ ਧਰਾਂਗਾ, ਲੜਦਾ ਹੋਏ ਜਿਹੜਾ ਤਾਕਤ ਰੱਖਦਾ ਹੋਵੇ। ਇਹ ਮਾਸੂਮੀ ਉਹ ਮਲਾਉਣੇ ਈ ਜ਼ਾਲਿਮ ਤਲਵਾਰ ਕੱਢੀਏ ਛੋਟਾ ਦੇਹ ਧਰੀਏ, ਈ ਜ਼ਾਲਿਮ ਤਲਵਾਰ ਸਾਫ਼ ਕੀਤੀਏ ਛੋਟਾ ਦੇਹ ਧਰੀਏ, ਈ ਜ਼ਾਲਿਮ ਨੇ ਜ਼ਰਾ ਬਿਮਾਰੀਏ ਛੋਟੇ ਦੇ ਦੂਏ ਆਦਾ ਅੱਖੀ ਦੇ ਆਇਆ ਆਦਾ ਨਾ ਬਜਵਾ ਸੰਗਦਾ ਹੋ ਬਿਰਾ ਦੀ ਮਜਬੂਰੀ ਨਾ। ਹੌਸਲੇ ਨਾਲ ਹੌਸਲੇ ਨਾਲ ਅੱਲਾ ਗਵਾਏ ਸ਼ਹਿਜ਼ਾਦੇ ਨੇ ਨਿਠਾਇਆ ਉਹਲੇ ਫਿਰਾ ਦੀ ਲਾ ਜ਼ਮੀਨ ਤੇ ਤੜਪਦੀ ਵਧੀਆ ਓ ਮੂੰਹ ਤੇ ਮਾਲਕੇ ਹਾਇਓ ਖੂਨ ਫਿਰਾ ਦਾ ਓ ਮਣ ਦਰਿਆ ਦੇ ਵਦਾ ਸੈਦ ਆਹਦਾ ਓ ਮੈਂ ਕੋ ਗਿੱਦੀ ਜੁਲੋ ਵੀਰਣ ਮਾਲਕ ਇਬਾਦਤ ਕਬੂਲ ਫਰਮਾ ਮਾਲਕ ਮੇਰੇ।